ਸਤ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਅੱਜਕੱਲ ਇਹਨਾਂ ਦਿਨਾਂ ਦੇ ਵਿੱਚ ਬੜੇ ਜ਼ਿਆਦਾ ਜ਼ਿੰਮੇਦਾਰ ਪਨੀਰੀ ਦੇ ਪੀਲੇਪਣ ਨੂੰ ਲੈ ਕੇ ਪਰੇਸ਼ਾਨ ਹੋ ਚੁੱਕੇ ਨੇ ਟਿੱਬੀਆਂ ਦੇ ਵਿੱਚ ਪੀਲਾਪਣ ਜਾਂ ਪੱਤਿਆਂ ਦੇ ਵਿੱਚ ਚਟਾਕ ਦੇਖਣ ਨੂੰ ਮਿਲਦੇ ਨੇ ਲੋਕਾਂ ਦਾ ਮੱਚ ਜਾਣਾ ਜਾਂ ਸਾਰੇ ਦੀ ਸਾਰੀ ਪਨੀਰੀ ਜਿਹੜੀ ਇਹ ਪੀਲੀ ਹੋ ਜਾਂਦੀ ਹੈ ਜਿਹਦੇ ਕਰਕੇ ਆਪਾਂ ਨੂੰ ਝਾੜ ਦੇ ਵਿੱਚ ਵੀ ਨੁਕਸਾਨ ਦੇਖਣ ਨੂੰ ਮਿਲਦਾ ਹੈ ਜੇ ਆਪਾਂ ਉਸ ਪਨੀਰੀ ਨੂੰ ਥੋੜੇ ਦਿਨਾਂ ਦੇ ਵਿੱਚ ਰਿਕਵਰ ਨਹੀਂ ਕਰਦੇ ਠੀਕ ਨਹੀਂ ਕਰਦੇ ਠੀਕ ਕਰਨਾ ਤੇ ਥੋੜੇ ਦਿਨਾਂ ਦੇ ਵਿੱਚ ਠੀਕ ਕਰਨਾ ਦੋਹਾਂ ਚੀਜ਼ਾਂ ਦੇ ਵਿੱਚ ਬੜਾ ਵੱਡਾ ਇੱਕ ਅੰਤਰ ਹੁੰਦਾ ਹੈ ਜੇਕਰ ਆਪਾਂ ਜਾਦਾ ਲੰਮੇ ਸਮੇਂ ਤੱਕ ਪਨੀਰੀ ਨੂੰ ਬਿਮਾਰ ਰਹਿਣ ਦਿੰਨੇ ਆ ਤਾਂ ਉਹਦਾ ਝਾੜ ਦੇ ਉੱਤੇ ਆਪਾਂ ਨੂੰ ਜ਼ਰੂਰ ਜਾ ਕੇ ਰਿਜ਼ਲਟ ਜਿਹੜਾ ਵੇਖਣ ਨੂੰ ਮਿਲੇਗਾ। ਸੋ ਕਿਵੇਂ ਆਪਾਂ ਬਿਮਾਰ ਹੋਈ ਪਨੀਰੀ ਨੂੰ ਛੇਤੀ ਤੋਂ ਛੇਤੀ ਠੀਕ ਕਰ ਸਕਦੇ ਹਾਂ ਇਸ ਵੀਡੀਓ ਦੇ ਵਿੱਚ ਅੱਗੇ ਆਪਾਂ ਤੁਹਾਡੇ ਨਾਲ ਸਾਰਾ ਕੁਝ ਸਾਂਝਾ ਕਰਦੇ ਆਂ। ਸਭ ਤੋਂ ਪਹਿਲਾਂ ਜਿਹੜੇ ਕੁਝ ਨਵੇਂ ਫਾਰਮਰ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਹੈ ਜ਼ਰੂਰ ਦਬਾ ਲਓ ਤਾਂ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਹੋਰ ਵੀ ਆਉਣ ਵਾਲੀਆਂ ਵੀਡੀਓ ਜੜੀਆਂ ਨੇ ਉਹ ਤੁਹਾਡੇ ਤੱਕ ਪੌਂਚਦਿਆਂ ਰਹਿਣ ਅਕਸਰ ਕਈ ਵਾਰੀਂ ਭੋਲੇ-ਪਾਲੇ ਜ਼ਿਮੀਦਾਰ ਡੜੇ ਨੇ ਪਨੀਰੀ ਜਿਨ੍ਹਾਂ ਦੀ ਪੀਲੀ ਹੁੰਦੀ ਏ ਉਲਝਣ ਦੇ ਵਿੱਚ ਪੈ ਜਾਂਦੇ ਨੇ ਕਿਉਂਕਿ 36 ਤਰ੍ਹਾਂ ਦੀਆਂ ਸਪ੍ਰੇਆਂ ਕਰਵਾ ਦਿੱਤੀਆਂ ਜਾਂਦੀਆਂ ਨੇ ਉੱਤੇ ਪਰ ਜਿੱਥੇ ਸੂਈ ਦੀ ਲੋੜ ਹੈ ਉੱਥੇ ਸੂਈ ਨਹੀਂ ਕੰਮ ਆਉਣਾ ਜਿੱਥੇ ਕਿਰਪਾਨ ਦੀ ਲੋੜ ਹੈ ਉੱਥੇ ਕਿਰਪਾਨ ਨਹੀਂ ਕੰਮ ਆਉਣਾ ਜਿੱਥੇ ਨਿੱਕੀ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਹੋਰ ਜੇ ਫालतू ਸੁਪਰੇ ਆਪਾਂ ਕਰਦੇ ਆਂ ਤੇ ਉਹਨਾਂ ਦੇ ਰਿਜ਼ਲਟ ਆਪਾਂ ਨੂੰ ਨਹੀਂ ਮਿਲਨੇ ਪਨੀਰੀ ਦੇ ਵਿੱਚ ਹਰ 15 ਦਿਨ ਬਾਅਦ 2 ਕਿਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਦੇ ਨਾਲ ਪਾਉਣੀ ਲਾਜ਼ਮੀ ਹੁੰਦੀ ਏ ਪਰ ਬੜੇ ਜ਼ਿਆਦੇ ਜ਼ਿੰਮੇਦਾਰ ਜਿਹੜੇ ਨੇ ਇਹਨੂੰ ਛੱਡ ਦਿੰਦੇ ਨੇ ਸਕਿਪ ਕਰ ਜਾਂਦੇ ਨੇ ਜੀਦੇ ਕਰਕੇ ਹੋਰ ਵੀ ਘਾਟਾਂ ਜੜੀਆਂ ਆਪਾਂ ਨੂੰ ਪਨੀਰੀ ਦੇ ਵਿੱਚ ਵੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਜੇਕਰ ਤੁਸੀਂ ਬਜਾਈ ਸਮੇ ਯੂਰੀਆ ਦੀ ਵਰਤੋਂ ਕੀਤੀਏ ਉਹਦੇ ਤੋਂ ਬਾਅਦ ਦੇ ਵਿੱਚ 15 ਦਿਨ ਬਾਅਦ ਫਿਰ 30 ਦਿਨ ਬਾਅਦ 45 ਦਿਨ ਬਾਅਦ 2-2 ਕਿਲੋ ਯੂਰੀਆ ਦੀ ਵਰਤੋਂ ਜਿਹੜੀ ਆਪਾਂ ਲਾਜ਼ਮੀ ਕਰਨੀ ਹੈ ਜੇਕਰ ਟਿੱਬੀਆਂ ਦੇ ਵਿੱਚੋਂ ਪੱਤੇ ਚਟਾਕ ਮਾਰਦੇ ਨੇ ਚਿੱਟਾ ਪਾਣਾ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਤਾਂ ਵਟਾਂ ਉੱਚੀਆਂ ਕਰ ਲੋ ਬਾਲਟੀ ਦੇ ਨਾਲ ਮਿੱਟੀ ਪਾ ਕੇ ਕਈਆਂ ਦੇ ਨਾਲ ਲਾਗੂ ਲੈ ਕੇ ਮਿੱਟੀ ਜੜੀਏ 6-7 ਇੰਚ ਤੱਕ ਸ਼ਾਮ ਦੇ ਵੇਲੇ ਪੂਰਾ ਡੱਕ ਕੇ ਪਨੀਰੀ ਨੂੰ ਡੋਬ ਕੇ ਪਾਣੀ ਲਾ ਦਿਓ ਸਵੇਰੇ ਜੇਕਰ ਰਹਿੰਦਾ ਹੈ ਪਾਣੀ ਤਾਂ ਬਾਹਰ ਕੱਢ ਦਿਓ ਦੋਵਾਂ ਦਿਨਾਂ ਦੇ ਅੰਦਰ ਅੰਦਰ ਪੀਲਾਪਣ ਜਿਹੜਾ ਜਾਂ ਚਟਾਕ ਜਿਹੜੇ ਆ ਗੈਪ ਹੋ ਜਾਣਗੇ ਜੇਕਰ ਗਰਮੀ ਦੇ ਕਰਕੇ ਪੀਲਾਪਣ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਨੋਕਾਂ ਸੜ ਗਈਆਂ ਨੇ ਜਾਂ ਪੱਤੇ ਪਾੜ ਗਏ ਨੇ ਹਨੇਰੀ ਦੇ ਕਰਕੇ ਤਾਂ ਹਿਊਮਿਕ ਐਸਿਡ ਜਿਹੜਾ ਰੇਤ ਦੇ ਵਿੱਚ ਮਿਲਾ ਕੇ ਜਾਂ ਜੂਰੀਆ ਦੇ ਵਿੱਚ ਰਲਾ ਕੇ ਤੁਸੀਂ ਪਾ ਸਕਦੇ ਹੋ ਤੁਰੰਤ ਛੇਤੀ ਤੋਂ ਛੇਤੀ ਰਿਜ਼ਲਟ ਜਿਹੜੇ ਆ ਤੁਹਾਨੂੰ ਪਨੀਰੀ ਦੇ ਵਿੱਚ ਇਹਦੇ ਨਾਲ ਦੇਖਣ ਨੂੰ ਮਿਲਣਗੇ ਇਹਦੇ ਬਦਲ ਦੇ ਵਿੱਚ ਜੇਕਰ ਤੁਹਾਨੂੰ ਹਿਊਮਿਕ ਐਸਿਡ ਨਹੀਂ ਮਿਲਦਾ ਤਾਂ ਇੱਕ ਕਨਾਲ ਜਗ੍ਹਾ ਦੇ ਵਾਸਤੇ ਘੱਟ ਤੋਂ ਘੱਟ 3 ਕਿਲੋ ਸਰੋਂ ਦੀ ਖਾਲ ਜਿਹੜੀ ਹੈ ਬਿਲਕੁਲ ਬਰੀਕ ਕਰਕੇ ਪਨੀਰੀ ਦੇ ਵਿੱਚ ਖਿਲਾਰ ਦਿਓ ਕੱਚਾਪਨ ਵੀ ਪਨੀਰੀ ਦੇ ਵਿੱਚ ਆਵੇਗਾ ਪੀਲਾਪਨ ਵੀ ਗਾਇਬ ਹੋਵੇਗਾ ਤੇ ਉਹਦੀ ਗਰੋਥ ਜਿਹੜੀ ਹੈ ਵਾਧਾ ਜਿਹੜਾ ਹੈ ਉਹ ਵੀ ਤੁਹਾਨੂੰ ਕਾਫੀ ਸੋਹਣਾ ਵੇਖਣ ਨੂੰ ਮਿਲੇਗਾ ਸੋ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਕਿਸਾਨਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੇ ਵੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ